गुरदासपुर तो एक अजिहा दिल दहलाउण वाला मामला सामने है जिथे पति पत्नी दे लड़ाई झगड़े नूं रोकण लई कहना सस नूं उस समय महंगा पै गया जदों जवाई वल्लों अपनी सस नूं रस्ते च रोक के उसके गले ते बुलेट नाल कई वार कर उसनूं खून नाल लथपथ कर दिता जिसनूं जख्मी हालत च हस्पताल दाखिल करवाया गया। उधर जख्मी महिला दे बेटे ने जानकार दिंदे हुए दस्सिया कि उसकी भैण दा विआह नौजवान प्रिंस वासी पिंड बब्बे हाली नाल होया सी जो उस नाल अक्सर ही लड़ाई झगड़ा करता रहता है जिसके चलते उन्हों का कोर्ट च तलाक का केस भी चल रहा है। ये साडा जीजा लग रहा जी इन्हें साडा चल रहा है तलाक तलूक हो गया साडा इन्हों मम्मी नक पहले हो तलाक इन्हें किया कि मम्मी दफ्तरों आदि मेरे नाल मेरी सिस्टर से डीसी दफ्तरों इन्हें वेख्या कले है तो इन्हें आ पिछों हमला करता उन्होंने अपने लो मार के सुट गया जी अपने लो मार के सुट गया इन्हों तो फिर घर दे लागे आए फिर उन्होंने चुकया तो होस्पिटल खड़िया गुरदासपुर उतो उन्होंने जवाब देता तो हूँ अमृतसर दाखला जी सू न्याय चाहिए तलाक में महीना को हो गया जी इन्हें साढ़े ना वैर क्या जी अपना कोई खुंदक बाजी तलाक जी ने खुंदक बाजी साढ़े ना कटी। उधर पुलिस ने मौके ते पहुंच के जख्मी महिला दी बेटी दे बयाना दे आधार ते प्रिंस अते उसदे भरा ते अलग अलग तरामा तहत मामला दर्ज कर दोनों नु गिरफ्तार कर लिया अते मामले दी अगली कारवाई शुरू कर दित्ती। ए वारदात जिहड़ी होई है अपने एक लड़की है ममता ते उहदी मदर आ जीनत ਇਹ ਡੀ ਸੀ ਆਫਿਸ ਦੇ ਵਿੱਚ ਬਤੌਰ ਇੱਕ ਪੀ ਐੱਨ ਐੱਸ ਵੇਲੇ ਸੇਵਾ ਨਿਭਾ ਰਹੀਆਂ ਸੀਗੀਆਂ ਇਹ ਡਿਊਟੀ ਤੋਂ ਦੇਰ ਸ਼ਾਮ ਵਾਪਸ ਘਰ ਨੂੰ ਪਿੰਡ ਆਪਣੇ ਵਾਪਸ ਪਰਤ ਰਹੀਆਂ ਸੀਗੀਆਂ ਬਾਬੋਵਾਲ ਅਤੇ ਪਿੰਡ ਦੇ ਨੇੜੇ ਹੀ ਆਪਣੇ ਜਦੋਂ ਘਰ ਦੇ ਮੋੜ 'ਤੇ ਮੜੀਆਂ ਸੀਗੀਆਂ ਅਤੇ ਮੜੀਆਂ ਦੇ ਲਾਗੇ ਹੀ ਜਦੋਂ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਅਤੇ ਉੱਥੇ ਹੀ ਇਹਨਾਂ ਦਾ ਜਵਾਈ ਜਿਹੜੀ ਆ ਲੜਕੀ ਹੈ ਜੇ ਆਪਣੇ ਲੇਡੀਜ਼ ਨੇ ਜਿਹਨੇ 'ਤੇ ਇਹਨਾਂ ਦਾ ਜਵਾਈ ਅਤੇ ਉਹਦਾ ਭਰਾ ਅਤੇ ਆਪਣੇ ਭੰਗ ਦੇ ਵਿੱਚ ਛੁਪੀ ਹੋਏ ਸੀ ਅਤੇ ਉਹਨਾਂ ਨੇ ਉਸੇ ਵੇਲੇ ਆਪਣੇ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਤਹਿਤ ਇਹਨਾਂ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਗਲੇ 'ਤੇ ਕਾਫੀ ਜ਼ਿਆਦਾ ਕਿਰਚ ਦੇ ਨਾਲ ਵਾਰ ਕੀਤੇ ਜਿਹਦੇ ਨਾਲ ਇਹ ਜਿਹੜੀ ਲੜਕੀ ਆਪਣੇ ਲੇਡੀ ਸੀਗੀ ਕਾਫੀ ਜ਼ਖਮੀ ਹੋ ਗਈ। ਉਸ ਤੋਂ ਬਾਅਦ ਇਹਨੇ ਲੜਕੀ ਨੇ ਆਪਣੀ ਮਦਰ ਨੂੰ ਸਿਵਲ ਹੋਸਪਿਟਲ ਇਹਦੀ ਸਹਾਇਤਾ ਲੈ ਕੇ ਸਿਵਲ ਹੋਸਪਿਟਲ ਗਈ ਉਸ ਤੋਂ ਬਾਅਦ ਇਹਨੂੰ ਰੈਫਰ ਕਰ ਦਿੱਤਾ ਅੰਮ੍ਰਿਤਸਰ ਗੁਰੂ ਰਾਮਦਾਸ ਹੋਸਪਿਟਲ ਜਿੱਥੇ ਉਹਦਾ ਆਪਰੇਸ਼ਨ ਹੋਇਆ ਅਤੇ ਉਹਦੀ ਹੁਣ ਹਾਲਤ ਜਿਹੜੀ ਆ ਉਹ ਮਤਲਬ ਖਤਰੇ ਤੋਂ ਬਾਹਰ ਸੀ। ਇਹਨਾਂ ਦਾ ਕਾਫੀ ਲੰਬਾ ਆਪਣੇ ਵੂਮੈਨ ਸੈੱਲ ਦੇ ਵਿੱਚ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਜੋ ਕਿ ਇਹਨਾਂ ਦਾ ਡਿਵੋਰਸ ਲਗਭਗ ਹੋ ਹੀ ਗਿਆ ਸੀਗਾ ਅਤੇ ਅੱਜ ਕੱਲ੍ਹ ਦੇ ਵਿੱਚ ਇਹਨਾਂ ਦਾ ਕੋਈ ਜੋ ਲੈਣ ਦੇਣ ਸੀਗਾ ਹੋਣਾ ਸੀਗਾ ਅਤੇ ਇਹਨਾਂ ਦਾ ਕਾਫੀ ਗਰਮ ਆਪਸ ਦੇ ਵਿੱਚ ਫੋਨ ਦੇ ਉੱਪਰ ਤੂੰ ਤਕਰਾਰ ਹੁੰਦੀ ਰਹੀ ਸੀ ਆਪਸ ਦੇ ਵਿੱਚ ਅਤੇ ਇਹਨੇ ਇਸੇ ਰੰਜਿਸ਼ ਦੇ ਵਿੱਚ ਆ ਕੇ ਆਪਣੀ ਸੱਸ ਦਾ ਜਿਹੜਾ ਵਾ ਉਹ ਤੇਜ਼ ਧਾਰ ਕਿਰਚ ਦੇ ਨਾਲ ਗਲਾ ਜਿਹੜਾ ਵਾ ਉਹ ਕੱਟ ਦਿੱਤਾ ਸੀਗਾ। ਇਹ ਜਵਾਈ ਕਿੱਥੋਂ ਦਾ ਰਹਿਣ ਵਾਲਾ ਸੀਗਾ ਜੀ? ਇਹ ਜਵਾਈ ਆ ਜੀ ਪ੍ਰਿੰਸ ਆ ਜੀ ਪ੍ਰਿੰਸ ਪਿੰਡ ਬੱਬੇਹਾਲੀ ਅਤੇ ਇਹ ਬੱਬੇਹਾਲੀ ਦਾ ਰਹਿਣ ਵਾਲਾ ਨਾਲ ਇਹਦੇ ਦਾ ਭਰਾ ਸੀਗਾ ਕੋਈ ਅਸ਼ੀਸ਼ ਸਨ ਆਫ ਜਗਜੀਤ ਮਸੀਹ ਵਾਸੀ ਬੱਬੇਹਾਲੀ। ਉਹਨੂੰ ਕਾਰਵਾਈ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਲੜਕੀ ਦੇ ਬਿਆਨਾਂ ਦੇ ਉੱਤੇ ਐੱਫ ਆਈ ਆਰ ਲਾਂਚ ਕਰ ਦਿੱਤੀ ਸੀ ਕੱਲ੍ਹ ਮੋਰਨਿੰਗ ਦੇ ਵਿੱਚ ਹੀ ਅਤੇ ਇਹ ਫਿਰ ਆਪਣੇ ਘਰੋਂ ਤੋਂ ਭੱਜ ਗਏ ਸੀ ਅਤੇ ਫਿਰ ਇੱਕ ਨੂੰ ਡੇਰਾ ਬਾਬਾ ਨਾਨਕ ਤੋਂ ਅਸੀਂ ਗ੍ਰਿਫਤਾਰ ਕੀਤਾ ਦੂਸਰੇ ਨੂੰ ਦੋਸਤਪੁਰ ਤੋਂ ਆਪਾਂ। ਇਹਦੀ ਲੜਕੀ ਦੇ ਬਿਆਨਾਂ ਦੇ ਉੱਤੇ ਜੋ ਬਣਦਾ ਵਾ ਆਪਣੇ ਅਫੈਂਸ ਅੰਡਰ ਸੈਕਸ਼ਨ 341 324 307 34 ਆਈ ਪੀ ਸੀ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ। ਹਾਲੇ ਤਾਂ ਅਜੇ ਪੁੱਛਗਿੱਛ ਤੋਂ ਪਿੰਡ ਤੋਂ ਪਤਾ ਲੱਗਾ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਹੈਗੇ ਨੇ ਬੰਦੇ, ਬਾਕੀ ਅਜੇ ਆਪਾਂ ਨੂੰ ਅਜੇ ਤੱਕ ਪੂਰਾ ਇਹਨਾਂ ਦਾ ਡਾਟਾ ਆਪਾਂ ਹੁਣ ਖੰਗਾਲਦੇ ਹਾਂ, ਪੂਰਾ ਦੇਖਦੇ ਹਾਂ ਰਿਕਾਰਡ ਇਹਨਾਂ ਦਾ ਵੀ ਪਹਿਲੇ ਕੋਈ ਪਰਚਾ ਦਰਜ ਹੈਗਾ ਕਿ ਨਹੀਂ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ।